ਉਹਨਾਂ ਦਾ ਇਸ ਕਹਿਣਾ ਸੀ ਕਿ ਜਦੋਂ ਅਸੀਂ 1905 ਵਿੱਚ ਅੰਗਰੇਜ਼ ਦੇ ਖਿਲਾਫ ਇੱਕ ਅਕੀਦਾ ਕੀਤਾ ਸੀ ਲੜਨ ਦਾ, ਤਾਂ ਉਸ ਵੇਲੇ ਸਾਨੂੰ ਇੱਕ ਫਰਸਟ੍ਰੇਸ਼ਨ 'ਚੋਂ ਸਾਡੇ ਐਕਸ਼ਨ ਨਿਕਲਦੇ ਸੀ। ਅਸੀਂ ਅੰਗਰੇਜ਼ ਰਾਜ ਦੀ ਉਸ ਫਰਸਟ੍ਰੇਸ਼ਨ 'ਚੋਂ ਸਾਨੂੰ ਹੱਲ ਕੋਈ ਨਹੀਂ ਸੀ ਦਿਸਦਾ, ਅਤੇ ਉਹਦੇ ਵਿੱਚ ਅਸੀਂ ਮਤਲਬ ਪਹਿਲਾਂ ਖੁਦੀ ਰਾਮ ਬੋਸ ਨੇ ਜਿਹੜੀ ਗੋਲੀ ਚਲਾਈ ਉਹ ਉਸ ਫਰਸਟ੍ਰੇਸ਼ਨ ਦਾ ਹਿੱਸਾ ਸੀ। ਲੇਕਿਨ ਭਗਤ ਸਿੰਘ ਨੇ ਜਿਹੜੀ ਸਭ ਤੋਂ ਵੱਡੀ ਤਬਦੀਲੀ ਕੀਤੀ ਹੈ ਉਹ ਹੈ ਕਿ ਉਹਦੀ ਮੋਟੀਵੇਟਿੰਗ ਫੋਰਸ ਨਫ਼ਰਤ ਨਹੀਂ, ਲੋਕਾਂ ਪ੍ਰਤੀ ਪ੍ਰੇਮ ਹੈ। ਇਹ ਜਿਹੜਾ ਲੋਕਾਂ ਦੀ ਮੁਹੱਬਤ ਵਿੱਚੋਂ ਉਹਦਾ ਐਕਟ ਹੈ, ਇਹ ਮਤਲਬ ਉਹਨੂੰ ਜ਼ਿਆਦਾ ਮਹਾਨ ਬਣਾਉਂਦਾ ਹੈ ਔਰ ਇਸ ਅਹਿਮੀਅਤ। ਔਰ ਵਾਕਿਆ ਜਦੋਂ ਤੁਸੀਂ ਉਹਨਾਂ ਦੀਆਂ ਸਾਰੀਆਂ ਲਿਖਤਾਂ ਨੂੰ ਧਿਆਨ ਨਾਲ ਪੜ੍ਹਦੇ ਹੋ ਤਾਂ ਉਹਦੇ ਵਿੱਚ ਮੇਨ ਮੁੱਦਾ ਉਹਨਾਂ ਦਾ ਆਪਣੇ ਲੋਕਾਂ ਪ੍ਰਤੀ ਪ੍ਰੇਮ ਹੈ। ਉਸ ਮਜ਼ਦੂਰ ਦੀ ਗੱਲ ਕਰਦੇ ਨੇ, ਉਸ ਕਿਸਾਨ ਦੀ ਗੱਲ ਕਰਦੇ ਨੇ ਜਿਹਨੂੰ ਮਿਹਨਤ ਤੋਂ ਬਾਅਦ ਵੀ ਪੱਲੇ ਕੁਛ ਨਹੀਂ ਪੈਂਦਾ। ਸ਼ਾਇਦ ਇਹੀ ਗੱਲ ਉਹਨਾਂ ਦੇ ਜਿਹੜੇ ਪਹਿਲੇ ਬਾਇਓਗ੍ਰਾਫਰ ਨੇ, ਉਹਨਾਂ ਦੇ ਸਾਥੀ ਸੀਗੇ, ਉਹਨਾਂ ਦੇ ਮੁਕੱਦਮੇ ਵਿੱਚ ਉਹਨਾਂ 'ਤੇ ਵੀ ਮੁਕੱਦਮਾ ਚੱਲਿਆ ਸੀ, ਲੇਕਿਨ ਕਿਉਂਕਿ ਕੋਈ ਸਬੂਤ ਨਹੀਂ ਮਿਲ ਸਕਿਆ ਤਾਂ ਉਹ ਬਰੀ ਹੋ ਗਏ। ਜਤਿੰਦਰ ਨਾਥ ਸਾਨਿਆਲ 1931 ਵਿੱਚ ਉਹਨਾਂ ਨੇ ਪਹਿਲੀ ਬਾਇਓਗ੍ਰਾਫੀ ਲਿਖੀ, ਜਿਹੜੀ ਕਿ ਬਹੁਤ ਹੀ ਨਿੱਜੀ ਤੌਰ 'ਤੇ ਅਗਰ ਭਗਤ ਸਿੰਘ ਦੇ ਕੁਛ ਗੁਣਾਂ ਨੂੰ ਦੇਖਣਾ ਹੋਵੇ ਤਾਂ ਉਹਦੇ ਵਿੱਚ ਉਹ ਮਤਲਬ ਬਹੁਤ ਅਹਿਮੀਅਤ ਰੱਖਦੀ ਹੈ। ਉਹ ਅੱਜ ਕੱਲ੍ਹ ਇੰਟਰਨੈਟ ਦੇ ਉੱਤੇ ਸੱਚ ਪਾਈ ਹੈ। ਉਹਦੇ ਵਿੱਚ ਉਹਨਾਂ ਦਾ ਇਹ ਕਹਿਣਾ ਕਿ ਭਗਤ ਸਿੰਘ ਦੀ ਜਿਹੜਾ ਮੇਨ ਤਬਦੀਲੀ ਭਗਤ ਸਿੰਘ ਨੇ ਕੀਤੀ ਹੈ ਸਾਰੀ ਅੰਗਰੇਜ਼ ਦੇ ਖਿਲਾਫ ਲੜਾਈ ਦੀ, ਕਿ ਉਹਦਾ ਮੁੱਦਾ ਗਰੀਬੀ ਦੇ ਕਾਰਨ ਅਤੇ ਗਰੀਬੀ ਦੇ ਖਤਮ ਹੋਣ ਦੇ ਵਿੱਚ ਜਿਹੜਾ ਹੈ ਇਹ ਭਗਤ ਸਿੰਘ ਦਾ ਮੇਨ ਮੁੱਦਾ ਰਿਹਾ। ਔਰ ਇਸ ਮੁੱਦੇ ਵਿੱਚੋਂ ਹੀ ਉਹਨਾਂ ਨੇ ਅੱਗੇ ਮਤਲਬ ਆਪਣਾ ਕੀਤਾ। ਤੋ ਜਿਹੜੀ ਮੁੱਦੇ ਨੂੰ ਲੈ ਕੇ ਉਹਦੇ ਤੋਂ ਵਿਚਾਰ ਪੈਦਾ ਹੁੰਦਾ, ਵਿਚਾਰਾਂ ਤੋਂ ਮੁੱਦਾ ਨਹੀਂ ਹੁੰਦਾ। ਇਸੇ ਕਰਕੇ ਭਗਤ ਸਿੰਘ ਨੇ ਆਪਣੇ ਜਿਹੜਾ ਬਹੁਤ ਮਸ਼ਹੂਰ ਉਹਨਾਂ ਦਾ ਨੋਟ ਹੈ ਕਿ ਮੈਂ ਨਾਸਤਕ ਕਿਉਂ ਹਾਂ ਜਾਂ ਮੈਂ ਕਿਵੇਂ, ਉਹ ਇੱਕ ਉਹਨਾਂ ਦੀ ਆਟੋਬਾਇਓਗ੍ਰਾਫੀਕਲ ਨੋਟ ਹੈ। ਉਹਨਾਂ ਦੇ ਵਿਚਾਰਾਂ ਦਾ ਵਿਕਾਸ ਕਿਵੇਂ ਹੋਇਆ ਉਹਦੇ 'ਚ ਤੁਸੀਂ ਦੇਖ ਸਕਦੇ ਹੋ। ਔਰ ਉਹਦੇ 'ਚ ਉਹਨਾਂ ਨੇ ਇੱਕ ਲਫ਼ਜ਼ ਵਰਤਿਆ ਕਿ ਮੈਂ ਰੀਅਲਿਸਟ ਹਾਂ, ਮੈਂ ਯਥਾਰਥਵਾਦੀ ਹਾਂ। ਜੋ ਸਾਹਮਣੇ ਯਥਾਰਥ ਹੈ ਉਹਨੂੰ ਦੇਖ ਕੇ ਮੈਂ ਉਹਦੇ ਨਾਲ ਟਕਰਾਉਣ ਦੀ ਜਿਹੜੀ ਸ਼ਮਤਾ ਉਹ ਪੈਦਾ ਕਰਦਾ, ਇਹ ਬਹੁਤ ਵੱਡੀ ਗੱਲ ਹੈ। ਆਮ ਤੌਰ 'ਤੇ ਕੀ ਹੋ ਰਿਹਾ ਕਿ ਅਸੀਂ ਇਤਿਹਾਸਕ ਪਰਸਨੈਲਿਟੀਜ਼ ਨੂੰ ਗਵਾਹੀ ਦੇ ਤੌਰ 'ਤੇ ਪੇਸ਼ ਕਰਦੇ ਹਾਂ, ਉਹਨਾਂ ਨੂੰ ਉਹਨਾਂ ਦੇ ਤੌਰ 'ਤੇ ਨਹੀਂ ਦੇਖਦੇ। ਉਹ ਵਕਤ, ਔਰ ਮੈਂ ਆਪ ਸਮਝਦਾ ਕਿ ਬਹੁਤ ਦੇਰ ਤੱਕ ਮੈਂ ਵੀ ਭਗਤ ਸਿੰਘ ਨੂੰ ਉਹਦੇ ਕੰਟੈਂਪਰੇਰੀਜ਼ਮ 'ਚ ਨਹੀਂ ਦੇਖਿਆ, ਉਹਦੇ ਨਾਲ ਜੋ ਬਾਕੀ ਚੱਲ ਰਿਹਾ ਸੀ ਉਹਦੇ ਵਿੱਚ ਭਗਤ ਸਿੰਘ ਅਤੇ ਉਹਨਾਂ ਦੇ ਸਾਥੀ ਕੀ ਕਰ ਰਹੇ ਸੀ। ਜਦੋਂ ਤੁਸੀਂ ਉਹਨੂੰ ਦੇਖੋ ਤਾਂ ਭਗਤ ਸਿੰਘ ਦੀ ਜਿਹੜੀ ਦੇਣ ਹੈ, ਉਹਦੀ ਕੰਟਰੀਬਿਊਸ਼ਨ ਹੈ, ਉਹਨੂੰ ਆਪਾਂ ਸਮਝ ਸਕਦੇ। ਸੋ ਇਹਦੇ ਵਿੱਚ ਮਤਲਬ ਇੱਕ ਗੱਲ ਜਿਹੜੀ ਇੱਥੇ ਵੀ ਜ਼ਿਕਰ ਕਦੇ ਆਉਂਦਾ ਹੈ, ਉਹ ਪਰਿਵਾਰ ਨੇ ਕੀਤਾ। ਮੈਨੂੰ ਕੁਛ ਲੇਡੀਜ਼ ਇੱਦਾਂ ਹੋਇਆ ਅਤੇ ਲੇਡੀਜ਼ ਦੇ ਸੁਭਾਵਕ ਨਿਕਲਿਆ ਕਿ ਘਰ ਵਿੱਚ ਤਾਂ ਫਿਰ ਬਹੁਤ ਦੇਸ਼ ਭਗਤੀ ਹੋਏਗੀ, ਅਤੇ ਮੇਰੇ ਕੋਲ ਸੁਭਾਵਕ ਨਿਕਲਿਆ ਕਿ ਹਰ ਔਰਤ ਜਿਹੜੀ ਹੈ ਉਹ ਦੇਸ਼ ਭਗਤ ਹੁੰਦੀ। ਦੇਸ਼ ਭਗਤ ਹੋਣ ਦਾ ਮਤਲਬ ਕੀ ਹੈ? ਕਿ ਉਹ ਆਪਣੇ ਲਈ ਨਹੀਂ ਦੂਜਿਆਂ ਲਈ ਸੋਚਦਾ ਕਰਦਾ। ਅਤੇ ਸਾਡੇ ਘਰਾਂ ਵਿੱਚ ਔਰਤ ਦੀ ਦੇਸ਼ ਭਗਤੀ ਹੁੰਦੀ ਹੈ ਕਿ ਉਹ ਬੱਚਿਆਂ ਲਈ ਕਰਦੀ ਹੈ, ਆਪਣੇ ਪਤੀ ਲਈ ਕਰਦੀ ਹੈ। ਆਪਣੇ ਬਾਰੇ ਜੋ ਉਹਨੂੰ ਗੱਲ ਕਰੋ ਕਹਿੰਦੇ ਨੇ ਕੋਈ ਨਹੀਂ ਬਾਅਦ 'ਚ ਹੋ ਜਾਏਗੀ। ਸੋ ਕੋਈ ਇੱਕ ਮਤਲਬ ਭਾਵਨਾ ਮਤਲਬ ਹੁੰਦੀ ਜਿਹੜੀ ਚਾਹੀਦੀ। ਔਰ ਜਿਸ ਇੱਕ ਸਵਾਲ ਨੇ ਇਸ ਪੂਰੇ ਟੱਬਰ ਨੂੰ ਬਹਿਣ ਨਹੀਂ ਦਿੱਤਾ ਜਾਂ ਉਹਨਾਂ ਨੇ ਹੱਲ ਕਰ ਲਿਆ, ਉਹ ਉਹਨਾਂ ਦੇ ਪੜਦਾਦਾ ਸੀਗੇ, ਸਫਤੇ ਸੀ। ਔਰ ਮੈਂ ਸਮਝਦਾ ਕਿ ਜੇ ਆਪਾਂ ਵਾਕਈ ਤਰਕਸ਼ੀਲ ਹੋਣਾ ਤਾਂ ਆਪਾਂ ਨੂੰ ਵੀ ਘਰ ਵਿੱਚ ਕਿਤੇ ਉਸ ਮਸਲੇ ਨੂੰ ਬੱਚਿਆਂ ਨਾਲ ਹੱਲ ਕਰਨਾ ਚਾਹੀਦਾ। ਉਹਨਾਂ ਨੇ ਪੰਜਾਬ ਦੇ ਨਾਲ ਜਿਹੜੀ ਹਿੰਦੁਸਤਾਨ ਦੀਆਂ ਅੰਗਰੇਜ਼ ਦੀਆਂ ਫੌਜਾਂ ਅਤੇ ਪੰਜਾਬ ਦੀ ਜੰਗ ਹੋਈ ਸੀ, ਇਹਨੂੰ ਬਾਅਦ ਵਿੱਚ ਐਂਗਲੋ ਸਿੱਖ ਵਾਰ ਕਿਹਾ ਗਿਆ। ਲੇਕਿਨ ਮੈਂ ਸ਼ਾਹ ਮੁਹੰਮਦ ਦਾ ਸਤਿਕਾਰ ਕਰਦਾ ਜਿਹੜਾ ਕੰਟੈਂਪਰੇਰੀ ਹਿਸਟੋਰੀਅਨ ਹੈ ਸਾਡਾ, ਕਿ ਹਿੰਦ ਪੰਜਾਬ ਦੀ ਜੰਗ ਹੋਈ। ਮਤਲਬ ਜੰਗ ਪੰਜਾਬ ਦੀ ਸੀ, ਸਿੱਖਾਂ ਦੀ ਨਹੀਂ ਸੀ। ਇਹ ਅੰਗਰੇਜ਼ ਬਿਊਰੋਕ੍ਰੇਸੀ ਨੇ ਸਿੱਖ ਵਰਡ ਐਡ ਕੀਤਾ,
ਬਸ ਇਸ ਕਰਕੇ ਕਿ ਜਿਹੜੀ ਸਾਡੇ ਵਿੱਚ ਏਕਤਾ ਸੀ, ਕਿਉਂਕਿ ਸ਼ਾਹ ਮੁਹੰਮਦ ਦਾ ਇਹ ਕਹਿਣਾ ਕਿ ਹਿੰਦ ਪੰਜਾਬ ਵਿੱਚ ਦੋ ਕੌਮਾਂ ਸਨ, ਤੀਜੀ ਦਾ ਕਦੇ ਦਖਲ ਨਹੀਂ ਸੀ ਹੋਇਆ, ਹੁਣ ਤੀਜੀ ਕੌਮ ਆ ਗਈ ਹੈ, ਔਰ ਉਹਨਾਂ ਦੀ ਆਪਸ ਵਿੱਚ ਕੋਈ ਲੜਾਈ ਨਹੀਂ ਸੀ। ਸੋ ਇਹਦੇ ਵਿੱਚ ਮਨਸਾ ਫਤਿਹ ਸਿੰਘ ਉਸ ਪੰਜਾਬ ਦੀ ਜੰਗ ਵਿੱਚ ਅੰਗਰੇਜ਼ ਦੇ ਨਾਲ ਲੜੇ, ਮੁਦਕੀ ਵੀ, ਫੇਰੂ ਸ਼ਾਹ ਵੀ, ਅਲੀਪੁਰ ਵੀ, ਔਰ ਬਾਅਦ ਵਿੱਚ ਇੱਕ ਬਦੋਵਾਲ ਲੜਾਈ ਹੋਈ ਸੀ ਜਿਹਦੇ 'ਚ ਉਹਨਾਂ ਨੇ 150 ਅੰਗਰੇਜ਼ ਜਿਹੜੇ ਨੇ ਉਹਨਾਂ ਨੂੰ ਕੈਦੀ ਬਣਾ ਕੇ ਲਾਹੌਰ ਭੇਜਿਆ ਸੀ। ਤੋ ਅਖੀਰਲੀ ਸਭਰਾਵਾਂ ਬਣੇ, ਜਦੋਂ ਵਾਪਸ ਆਏ ਤਾਂ ਉਹਨਾਂ ਦੀ ਅੱਧੀ ਜਾਇਦਾਦ ਜਿਹੜੀ ਉਹਦੇ ਅੰਗਰੇਜ਼ ਨੇ ਉਦੋਂ ਜੌਨ ਲਾਰੈਂਸ ਕਮਿਸ਼ਨਰ ਸੀ ਉਹਨੇ ਕੱਟ ਲਈ। ਪਰ ਮੈਂ ਸਮਝਦਾ ਕਿ ਸਫਾ ਫਤਿਹ ਸਿੰਘ ਨੇ ਬਹੁਤ ਹੀ ਵਧੀਆ ਜਿਹੜਾ ਕੰਮ ਕੀਤਾ, ਔਰ ਮੈਂ ਸਮਝਦਾ ਕਿ ਇੱਕ ਜੱਟ ਦੀ ਆਪਣੇ ਸਭ ਬੱਚਿਆਂ ਪ੍ਰਤੀ ਸਮਝ ਨੂੰ, ਅਤੇ ਉਹਨਾਂ ਦੇ ਮਨ 'ਚ ਆਇਆ ਕਿ ਇਹ ਜ਼ਮੀਨ ਜਿਹਦੇ ਉੱਤੇ ਕਦੀ ਸਾਡੇ ਹੱਕ ਗਿਣਿਆ ਜਾਂਦਾ ਰਿਹਾ, ਇਹਦੇ ਉੱਤੇ ਅਗਰ ਅੰਗਰੇਜ਼ ਨੇ ਕੋਈ ਹੋਰ ਜਾਗੀਰਦਾਰ ਲਿਆ ਕੇ ਬਿਠਾ ਦਿੱਤਾ ਤਾਂ ਸਾਡੀਆਂ ਆਉਣ ਵਾਲੀਆਂ ਜਿਹੜੀਆਂ ਨਸਲਾਂ ਨੇ ਉਹ ਤਾਂ ਆਪਸ ਵਿੱਚ ਹੀ ਲੜਦੀਆਂ ਰਹਿਣਗੀਆਂ, ਜਿਹੜਾ ਕਿ ਜੱਟਾਂ 'ਚ ਜ਼ਮੀਨ ਦੇ ਉੱਤੇ ਲੜਾਈ ਹੁੰਦੀ ਹੈ। ਅਤੇ ਉਹਨਾਂ ਨੇ ਖੁਦ ਰਾਈ ਸਾਡੇ ਰਾਹੋਂ ਦੇ ਲੋਕ ਸਨ, ਔਰ ਇਹ ਲੋਕ ਉਹ ਨੇ ਜਿਹੜੇ ਛੋਟੀ ਖੇਤੀ ਕਰਕੇ ਬੜੀ ਮਿਹਨਤ ਨਾਲ ਖੇਤੀ ਕਰਨ ਵਾਲੇ ਨੇ, ਉਹਨਾਂ ਨੂੰ ਲਿਆ ਕੇ ਉਹ ਜ਼ਮੀਨ ਬਿਠਾ ਦਿੱਤਾ, ਔਰ ਉਹਨਾਂ ਨੂੰ 1873 ਵਿੱਚ ਪੱਕੇ ਬੰਦੋਬਸਤ ਵਿੱਚ ਜ਼ਮੀਨ ਦਾ ਹੱਕ ਵੀ ਦਵਾ ਦਿੱਤਾ। ਇੱਕ ਮਸਲਾ ਉਹਨਾਂ ਨੇ ਹੱਲ ਕਰਤਾ ਕਿ ਮੇਰੇ ਨਿਆਣਿਆਂ ਨੂੰ ਇਹ ਚਿੰਤਾ ਕਰਨ ਦੀ ਲੋੜ ਨਹੀਂ ਵੀ ਜ਼ਮੀਨ ਉਹਦੀ ਹੈ ਜਿਹੜਾ ਵਾਹੀਕਾਰ ਹੈ ਜਿਹੜਾ ਮੇਰੇ ਕੋਲ। ਦੂਜਾ ਜਿਹੜਾ ਫੈਸਲਾ ਕੀਤਾ ਕਿ 1857 ਆਇਆ, ਅਤੇ ਫਿਰ ਜਿਹੜੀ ਜਾਗੀਰਦਾਰੀ ਸੀ, ਜਿਹੜੀ ਸਿੱਖ ਜਾਗੀਰਦਾਰੀ ਸੀ, ਉਹਦੇ ਵਿੱਚੋਂ ਪਟਿਆਲੇ ਵਾਲਾ ਤਾਂ ਪਹਿਲਾਂ ਹੀ ਬਾਹਰ ਸੀ, ਕਪੂਰਥਲੀਏ, ਸੰਧਾ ਵਾਲੀਏ, ਮਜੀਠੀਏ, ਉਹਨਾਂ ਨੇ ਇਹ ਐਕਸੈਪਟ ਕਰ ਲਿਆ ਕਿ ਹੁਣ ਤਾਂ ਅੰਗਰੇਜ਼ ਦਾ ਰਾਜ ਆ ਗਿਆ, ਹੁਣ ਕੋਈ ਤਬਦੀਲੀ ਨਹੀਂ ਹੋਣੀ। ਅਤੇ ਜਦੋਂ ਜੌਨ ਲਾਰੈਂਸ ਨੇ ਉਹਨਾਂ ਨੂੰ ਇਹ ਪੇਸ਼ ਕੀਤਾ ਕਿ ਵੀ ਤੁਸੀਂ ਜ਼ਮੀਨ ਜਿਹੜੀ ਲੈ ਲਓ, ਹੋਰ ਜ਼ਮੀਨ ਲਓ, ਆਓ ਹੁਣ ਆਪਣਾ ਬਦਲਾ ਲੈ ਲਓ, ਵਰਡ ਇਹ ਯੂਜ਼ ਕੀਤੇ, ਔਰ ਇਹਦੀ ਥੋਰਨਟਨ ਦੀ ਕਿਤਾਬ ਹੈ ਜਿਹਦੇ 'ਚ ਪੂਰੀ ਸਟੋਰੀ ਆਈ ਵਿਟਨੈਸ ਨਰੇਟਡ ਹੈ। ਅਤੇ ਜਿਹੜੀ ਗੱਲ ਇਸ ਕਾਰਨ ਕਿ ਰਣਜੋਤ ਸਿੰਘ ਮਜੀਠੀਏ ਨੇ ਜਿਹਦੇ ਨਾਲ ਸਫਾ ਫਤਿਹ ਸਿੰਘ ਪੰਜਾਬ ਦੀ ਜੰਗ 'ਚ ਲੜੇ ਸੀ, ਉਹਨੇ ਆਪਣੇ ਲੜਕੇ ਨੂੰ ਉਹਨਾਂ ਕੋਲ ਭੇਜਿਆ ਕਿ ਬਈ ਹੁਣ ਤੇਰੀ ਪਿਛਲੀ ਜਾਇਦਾਦ ਵੀ ਮਿਲ ਜਾਏਗੀ, ਹੋਰ ਜਾਇਦਾਦ ਮਿਲੇਗੀ ਜੇ ਤੂੰ ਅੱਜ ਅੰਗਰੇਜ਼ ਦਾ ਦੇ ਖਿਲਾਫ ਉਹਦੀ ਮਦਦ ਕਰ ਦੇ। 1857 'ਚ ਉਹਨਾਂ ਨੇ ਬੜਾ ਖੂਬਸੂਰਤ ਕਿਹਾ, ਔਰ ਇਸ ਗੱਲ ਨੂੰ ਸਾਜੀਤ ਸਿੰਘ ਉਹਨਾਂ ਨੇ ਆਪਣੀ ਆਟੋਬਾਇਓਗ੍ਰਾਫੀ ਸਾਡੇ ਲਈ ਦਰਜ ਕੀਤਾ ਕਿ ਮੇਰੇ ਦਾਦੇ ਨੇ ਮੈਨੂੰ ਇਹ ਗੱਲ ਇੰਨੀ ਵਾਰੀ ਕਹੀ ਕਿ ਮੈਂ ਸਾਰੀ ਉਮਰ ਅੰਗਰੇਜ਼ ਸਾਮਰਾਜ ਦੇ ਖਿਲਾਫ ਲੜਦਾ ਰਿਹਾ, 40 ਸਾਲ ਬਾਹਰ ਘੁੰਮੇ, ਔਰ ਬਾਅਦ ਵਿੱਚ 15 ਅਗਸਤ 1947 ਨੂੰ ਉਹਨਾਂ ਦੀ ਸ਼ਹਾਦਤ ਹੋਈ। ਉਹਨਾਂ ਨੇ ਕਿਹਾ ਕਿ ਅਸੀਂ ਸਾਡੇ ਬਜ਼ੁਰਗਾਂ ਨੇ ਗੁਰੂ ਗੋਬਿੰਦ ਸਿੰਘ ਨਾਲ ਰਿਸ਼ਤਾ ਜੋੜਿਆ ਸੀ, ਅਤੇ ਉਸ ਵੇਲੇ ਇੱਕ ਗੱਲ ਸਿੱਖੀ ਸੀ ਕਿ ਜਿੱਥੇ ਵੀ ਲੋਕ ਆਪਣੇ ਹੱਕ ਲਈ ਖੜ੍ਹੇ ਹੋਣ, ਉਹਨਾਂ ਦੇ ਨਾਲ ਖੜ੍ਹੇ ਹੋਣਾ ਗੁਰੂ ਗੋਬਿੰਦ ਸਿੰਘ ਦੇ ਅਸੂਲ ਦੀ ਪੈਰੋਕਾਰੀ ਹੈ, ਉਹਨਾਂ ਦੇ ਖਿਲਾਫ ਜਾਣਾ ਜਿਹੜਾ ਹੈ ਉਹ ਗੁਰੂ ਗੋਬਿੰਦ ਸਿੰਘ ਦੇ ਅਸੂਲ ਨੂੰ ਵਧਾਵਾ ਦੇਣਾ। ਅਤੇ ਅੱਜ ਮੇਰੇ ਸਾਹਮਣੇ ਜਿਹੜਾ ਅਸਲ ਮਸਲਾ ਤੁਸੀਂ ਖੜ੍ਹਾ ਕੀਤਾ ਹੈ ਕਿ ਕੀ ਮੈਂ ਜਾਇਦਾਦ ਮਗਰ ਜਾਵਾਂ ਜਾਂ ਮੈਂ ਅਸੂਲ 'ਤੇ ਖੜ੍ਹਾ ਹੋਵਾਂ, ਅਤੇ ਉਹ ਕਹਿੰਦੇ ਵੀ ਮੈਂ ਅੱਜ ਇਹ ਦੁਬਾਰਾ ਉਹ ਦੁਹਰਾਉਣਾ ਚਾਹੁੰਦਾ ਕਿ ਅਸੀਂ ਅਸੂਲ 'ਤੇ ਖੜ੍ਹੇ ਹੋਵਾਂਗੇ, ਜਾਇਦਾਦ ਜਿਹੜੀ ਹੈ ਇਹ ਤਾਂ ਆਉਂਦੀ ਜਾਂਦੀ ਰਹਿੰਦੀ ਹੈ, ਇਹਦਾ ਕੋਈ ਮਹੱਤਵ ਨਹੀਂ। ਪਰ ਉਸ ਘੜੀ ਨੇ ਉਸ ਪਰਿਵਾਰ ਨੂੰ ਇੱਕ